ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਓਪੀਨੀਅਨ ਇੰਗਲਿਸ਼ ਕਮਿਊਨੀਕੇਸ਼ਨ ਜਗਰਾਉਂ ਤੋਂ। ਅੱਜ ਸਾਡੇ ਨਾਲ ਹੈਗੇ ਜੀ ਗੌਰਵ ਜੀ, ਜੋ ਕਿ ਇੰਟੈਰੀਓ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਮਿਸੀਸਾਗਾ ਤੋਂ ਦੇ ਰਿਪ੍ਰੈਜੈਂਟੇਟਿਵ ਨੇ। ਇਹ ਸਾਨੂੰ ਅੱਜ ਦੱਸਣਗੇ ਕਿ ਤੁਸੀਂ ਵਿਜ਼ਿਟਰ ਵੀਜ਼ਾ ਤੋਂ ਸਟੱਡੀ ਐਂਡ ਫਰਦਰ ਕੋਆ ਪ੍ਰੋਗਰਾਮ ਕੈਨੇਡਾ ਕਿਵੇਂ ਲੈ ਸਕਦੇ। ਜਿਹੜੇ ਕੈਂਡੀਡੇਟਸ ਆਲਰੇਡੀ ਜਿਨ੍ਹਾਂ ਦੇ ਕੋਲ ਵਿਜ਼ਿਟਰ ਵੀਜ਼ਾ ਹੈ ਕੈਨੇਡਾ ਦਾ, ਚਾਹੇ ਉਹ ਇੰਡੀਆ ਦੇ ਵਿੱਚ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਨੇ, ਤੁਸੀਂ ਆਪਣਾ ਉੱਥੇ ਸਟੱਡੀ ਪਲੱਸ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਸਕਦੇ ਹੋ ਬਹੁਤ ਹੀ ਈਜ਼ੀ ਵੇ ਨਾਲ। ਗੌਰਵ ਜੀ ਨੂੰ ਪੁੱਛਾਂਗੇ, ਗੌਰਵ ਜੀ ਕੀ ਓਪਰਚੁਨਿਟੀਜ਼ ਨੇ ਆਪਣੇ ਕੋਲ? ਫਸਟ ਆਫ ਆਲ ਥੈਂਕ ਯੂ ਸੋ ਮਚ ਆਪੇ ਜੀ, ਤੁਸੀਂ ਅੱਜ ਇੰਟਰੈਕਸ਼ਨ ਦਾ ਮੌਕਾ ਦਿੱਤਾ ਸਾਨੂੰ। ਸੋ ਜੀ, ਸਰ ਗੱਲ ਕਰ ਰਹੇ ਸੀਗੇ ਰਜਿਸਟਰ ਟੂ ਸਟੱਡੀ। ਰਜਿਸਟਰ ਟੂ ਸਟੱਡੀ ਜੋ ਇੱਕ ਬੀਂਗ ਨੋਮੀਨਲ ਬੰਦੇ ਦਾ ਮਾਇੰਡ ਸੈਟ ਹੈ, ਦੈਟ ਇਜ਼ ਓਨਲੀ ਕਿ ਬੱਚੇ ਦਾ ਜਿਹੜਾ ਜਾਂ ਕੋਈ ਵੀ ਕੈਂਡੀਡੇਟ ਹੈ ਉਹ ਕਨਵਰਟ ਕਰਨਾ ਕਿਤੇ ਇਸ ਵਿੱਚ ਚਾਹ ਰਿਹਾ ਵਰਕ ਪਰਮਿਟ। ਡਾਇਰੈਕਟ ਜੇ ਆਪਾਂ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਓਨਲੀ ਇੱਕ ਆਪਸ਼ਨ ਬਚਦੀ ਐਲ ਐਮ ਆਈ। ਐਲ ਐਮ ਆਈ ਇਜ਼ ਕੁਆਇਟ ਐਕਸਪੈਂਸਿਵ, ਠੀਕ ਹੈ ਜੀ। ਆਪਾਂ ਉਹਨੂੰ ਘੱਟ ਖਰਚੇ ਦੇ ਵਿੱਚ ਆਪਾਂ ਬੱਚੇ ਨੂੰ 2 ਤੋਂ 3 ਸਾਲ ਦੀ ਪੜ੍ਹਾਈ ਦੇ ਨਾਲ ਵਰਕ ਪਰਮਿਟ ਦਾ ਮੌਕਾ ਦੇ। ਸੋ ਮੰਨ ਲਓ ਜਿਵੇਂ ਆਪਾਂ ਦਰਸ਼ਕਾਂ ਨੂੰ ਦੱਸੀਏ ਕਿ ਕਿਸੇ ਕੋਲ ਆਲਰੇਡੀ ਵਿਜ਼ਟਰ ਵੀਜ਼ਾ ਕੈਨੇਡਾ ਹੈ, ਹਾਂਜੀ, ਉਹ ਕੈਨੇਡਾ ਚਲੇ ਜਾਂਦੇ ਜੀ, ਉੱਥੇ ਜਿਵੇਂ ਆਪਾਂ ਬਹੁਤ ਜਲਦੀ ਇੱਕ ਸੈਮੀਨਾਰ ਕਰਵਾ ਰਹੇ ਹੈਗੇ ਜੀ, ਉੱਥੇ ਉਹ ਆ ਜਾਂਦੇ ਆ, ਤਾਂ ਪਹਿਲਾਂ ਉਹਨਾਂ ਨੂੰ ਸਟੱਡੀ ਦੇ ਵਿੱਚ ਕਨਵਰਟ ਹੋ ਗਿਆ, ਅਗਰ ਆਇਲਸ ਵੀ ਨਹੀਂ ਤਾਂ ਫਿਰ ਕਿੱਦਾਂ ਸਟੱਡੀ ਦੇ ਵਿੱਚ ਪਹੁੰਚੇਗਾ? ਦੇਖੋ ਉਹਦੇ ਵਿੱਚ ਕੀ ਆਪਾਂ ਕਰ ਸਕਦੇ ਹਾਂ, ਸਬਜੈਕਟ ਦੇਖੋ ਆਇਲਸ ਨਹੀਂ ਹੈ ਜਾਂ ਪੀਟੀ ਲੈਂਗੁਏਜ ਪ੍ਰੋਗਰਾਮ ਜਿਹਦੇ ਕੋਲ ਨਹੀਂ ਹੈ, ਪਹਿਲੇ ਉਹਦੇ ਲਈ ਆਪਣੇ ਕੋਲ ESL ਪ੍ਰੋਗਰਾਮ ਹੈ। ESL ਇਜ਼ ਅ ਇੰਗਲਿਸ਼ ਸੈਕਿੰਡ ਲੈਂਗੁਏਜ, 4 ਮਹੀਨੇ ਦਾ ਪ੍ਰੋਗਰਾਮ ਹੈ ਜਿਹਨੂੰ ਆਪਾਂ ਇੰਟਰਨਲ ਅਸੈਸਮੈਂਟ ਦੇ ਬੇਸਿਸ ਦੇ ਵਿੱਚ ਬੱਚੇ ਨੂੰ ਆਪਾਂ 1 ਮਹੀਨੇ ਦੇ ਵਿੱਚ ਆਪਾਂ ਉਹਨਾਂ ਨੂੰ ਜਿਹੜੀ ਹੈ ਕਲੀਅਰੈਂਸ ਦੇਣੀ ਹੈ ਸਰਟੀਫਿਕੇਸ਼ਨ। ਸੋ ਬੇਸਿਕਲੀ ਅਗਰ ਆਇਲਸ ਨਹੀਂ ਹੈ ਤੁਹਾਡੇ ਕੋਲ, ਫਿਰ ਵੀ ਤੁਸੀਂ ਉੱਥੇ ਸਟੱਡੀ ਪਰਮਿਟ ਕਨਵਰਟ ਕਰ ਸਕਦੇ ਹੋ, ਔਰ ਉਸ ਤੋਂ ਬਾਅਦ ਤੁਹਾਡੀ 2 ਸਾਲ ਦੀ ਸਟੱਡੀ ਹੋਏਗੀ ਜੋ ਪ੍ਰੋਗਰਾਮ ਜੀ। 2 ਸਾਲ ਦੀ ਪੜ੍ਹਾਈ ਦੇ ਨਾਲ ਕੋਆ ਪ੍ਰੋਗਰਾਮ ਹੈ ਜਿਹਦੇ ਵਿੱਚ ਬੱਚੇ ਦੇ ਕੋਲ ਵਰਕ ਪਰਮਿਟ ਦਾ ਰਾਈਟਸ ਹੈ। ਕਿੰਨੇ ਸਾਲ ਦਾ ਵਰਕ ਪਰਮਿਟ? 3 ਸਾਲ ਤੱਕ ਬੱਚਾ ਲੀਗਲੀ ਕੈਨੇਡਾ ਦੇ ਵਿੱਚ ਕੰਮ ਕਰ ਸਕਦਾ ਹੈ ਐਂਡ ਆਲ ਕੋਆ ਵਰਕ ਪਰਮਿਟਸ ਆਰ ਓਪਨ ਵਰਕ। ਇੱਕ ਚੀਜ਼ ਹੋਰ ਦੱਸੋ ਗੌਰਵ ਜੀ, ਜਿਵੇਂ ਹੁਣ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਹੈਗੇ ਆ, ਕੋਈ 46 ਸਾਲ ਦੀ ਏਜ ਹੈ, ਕੀ ਏਜ ਕ੍ਰਾਈਟੇਰੀਆ, ਕਿੰਨੀ ਏਜ ਤੱਕ ਆਪਾਂ ਇਸ ਚੀਜ਼ ਦੇ ਵਿੱਚ ਕਰ ਸਕਦੇ? ਬਹੁਤ ਅੱਛਾ ਕੁਐਸਚਨ ਲੱਭੇ ਜੀ, 55 ਸਾਲ ਤੋਂ ਘੱਟ ਏਜ ਨੂੰ ਅਸੀਂ ਵਿਜ਼ਟਰ ਟੂ ਸਟੱਡੀ ਚ ਕਨਵਰਟ ਕਰ ਸਕਦੇ। ਦੇਖੋ ਅਗਰ ਤੁਸੀਂ 55 ਸਾਲ ਤੱਕ ਦੀ ਤੁਹਾਡੀ ਏਜ ਹੈ, ਤੁਸੀਂ ਵਿਜ਼ਟਰ ਵੀਜ਼ਾ ਤੁਹਾਡਾ ਹੈਗਾ ਆਲਰੇਡੀ, ਅਸੀਂ ਤੁਹਾਨੂੰ ਸਟੱਡੀ ਪਲੱਸ ਕੋਆਪ ਵਰਕ ਪਰਮਿਟ ਹੈਲਪ ਕਰਾਂਗੇ। ਆਲਮੋਸਟ 5 ਸਾਲ ਦਾ ਟਾਈਮ ਤੁਹਾਡੇ ਕੋਲ ਹੋਵੇਗਾ ਕੈਨੇਡਾ ਲੀਗਲੀ ਰਹਿਣ ਦਾ, ਕੰਮ ਕਰਨ ਦਾ। ਇੰਨੇ ਟਾਈਮ ਚ ਵੈਸੇ ਹੀ 160 ਆਵਰ ਹੁੰਦੇ ਮੇਰੇ ਖਿਆਲ, ਜਿਹੜੇ 160 ਆਵਰਸ ਹੈ ਜਿਹੜੇ ਆਪਾਂ ਆਰਐਨਆਈਪੀ ਤੇ ਅਟਲਾਂਟਿਕ ਇਮੀਗ੍ਰੇਸ਼ਨ ਦੇ ਵਿੱਚ ਪੀਆਰ ਦੀ ਐਲੀਜੀਬਿਲਟੀ ਲਈ ਚਾਹੀਦੀ ਆਪਾਂ। ਸੋ ਬੇਸਿਕਲੀ ਮੰਨ ਲਓ ਟੋਰਾਂਟੋ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਕੋਈ ਸਟੂਡੈਂਟ, ਕੀ ਆਨਲਾਈਨ ਫੈਸਿਲਿਟੀ ਹੈ ਪੜ੍ਹਾਈ ਦੀ ਜਾਂ ਕਾਲਜ ਰੋਜ਼ ਜਾਣਾ ਪਏਗਾ ਉਸ ਨੂੰ? ਆਪਣੇ ਕੋਲ ਦੋਨੋਂ ਪ੍ਰੋਵੀਜ਼ਨ ਹੈ ਸਰ, ਆਨਲਾਈਨ ਐਂਡ ਆਫਲਾਈਨ। ਮੈਜੋਰਟੀ ਆਫ ਸਟੂਡੈਂਟਸ ਹੈ ਜਾਂ ਜੋ ਵੀ ਕੈਂਡੀਡੇਟ ਆ ਰਿਹਾ ਉਹ ਆਨਸ਼ੋਰ ਪ੍ਰੈਫਰ ਕਰਦਾ ਹੈ, ਸੋ ਉਹਨਾਂ ਨੂੰ ਪ੍ਰੋਵੀਜ਼ਨ ਦੇ। ਸੋ ਮੰਨ ਲਓ ਸਟੂਡੈਂਟ ਕੈਨੇਡਾ ਚਲਾ ਗਿਆ, ਵਿਜ਼ਿਟਰ ਕੈਨੇਡਾ ਚਲਾ ਗਿਆ, ਆਪਣਾ ਕੋਰਸ ਲੈ ਲਿਆ, ਉਹ ਚਾਹੁੰਦਾ ਕਿ ਮੈਂ ਵਿਨੀਪੈਗ ਰਹਿ ਕੇ ਆਨਲਾਈਨ ਪੜ੍ਹਾਈ ਕਰਾਂ, ਇਜ਼ ਇਟ ਪੋਸੀਬਲ? ਯੈਸ, ਇਜ਼ ਇਟ ਪੋਸੀਬਲ। ਸੋ ਇਵਨ ESL ਦੇ ਵੀ ਕੈਂਡੀਡੇਟ ਨੂੰ ਮਿਸੀਸਾਗਾ ਆਉਣ ਦੀ ਜ਼ਰੂਰਤ ਨਹੀਂ। ਵੈਰੀ ਗੁੱਡ। ਸੋ ਦੇਖੋ ਤੁਹਾਨੂੰ ਮਿਸੀਸਾਗਾ ਫਿਜ਼ੀਕਲੀ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਆਪਣਾ RIMP ਪ੍ਰੋਗਰਾਮਸ ਦੇ ਵਿੱਚ ਅਪਲਾਈ ਕਰ ਸਕਦੇ ਹੋ, ਵਿਨੀਪੈਗ ਰਹੋ, ਅਲਬਰਟਾ ਰਹੋ, ਉੱਥੇ ਕੰਮ ਕਰੋ, ਆਨਲਾਈਨ ਕਲਾਸਿਸ ਲਓ, ਔਰ ਉੱਥੇ ਅਗਰ ਇਹ ਆਪਣੇ 1560 ਘੰਟੇ ਪੂਰੇ ਕਰਦੇ ਆ ਐਂਡ ਫਿਰ ਉਹ PR ਐਲੀਜੀਬਿਲਟੀ ਬਣ ਜਾਂਦੀ। ਦੋਨੋਂ ਪ੍ਰੋਗਰਾਮਸ ਦੇ ਵਿੱਚ 1560 ਘੰਟੇ ਦਾ ਐਕਸਪੀਰੀਅੰਸ ਰਿਕੁਆਇਰਡ ਹੈ। RIMP ਲੈਣਾ, ਉਹਦੇ ਵਿੱਚ ਲਾਸਟ 3 ਸਾਲ ਦਾ ਐਕਸਪੀਰੀਅੰਸ ਕਾਊਂਟੇਬਲ ਹੈ। ਜੇ ਅਟਲਾਂਟਿਕ ਇਮੀਗ੍ਰੇਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਪਿਛਲੇ 5 ਸਾਲ ਦਾ ਐਕਸਪੀਰੀਅੰਸ ਕਾਊਂਟੇਬਲ। ਬੇਸਿਕਲੀ LMI ਕੱਟਿਆ ਗਿਆ ਜਿਹਦਾ 15 ਤੋਂ 20 ਲੱਖ ਰੁਪਈਆ ਸੀਗਾ,
ਸੋ ਜਿਹੜੇ ਵੀ ਦਰਸ਼ਕ ਇਹ ਵੀਡੀਓ ਦੇਖੇ ਚਾਹੇ ਉਹ ਇੰਡੀਆ ਦੇ ਵਿੱਚ ਨੇ ਚਾਹੇ ਕੈਨੇਡਾ ਦੇ ਵਿੱਚ ਨੇ, ਹੁਣ ਤੁਸੀਂ ਵਿਜ਼ਿਟਰ ਤੋਂ ਸਟੱਡੀ ਪਲੱਸ ਕੋਆ ਵਰਕ ਪਰਮਿਟ ਕਨਵਰਟ ਕਰ ਸਕਦੇ ਹੋ, LMI ਦੇ ਚੱਕਰਾਂ ਤੋਂ ਬਚ ਸਕਦੇ ਹੋ, ਇੰਨੇ ਪੈਸੇ ਸੇਵ ਕਰ ਸਕਦੇ ਹੋ, ਨਾਲ ਕੰਮ ਵੀ ਕਰ ਸਕਦੇ ਹੋ, ਪੈਸੇ ਕਮਾ ਸਕਦੇ ਹੋ। ਸੋ ਅੱਜ ਹੀ ਵੇਨਿਊਰ ਇੰਗਲਿਸ਼ ਦੀ ਟੀਮ ਨੂੰ ਸੰਪਰਕ ਕਰੋ, ਨੀਚੇ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰੋ, ਔਰ ਆਪਣਾ ਫਰਦਰ ਜਿਹੜਾ ਵਿਜ਼ਿਟਰ ਟੂ PR ਤੱਕ ਦੀ ਜਰਨੀ ਹੈਗੀ ਹੈ ਤੁਸੀਂ ਸਾਡਾ ਗਾਈਡੈਂਸ ਲਓ। ਬਹੁਤ ਜਲਦੀ ਮੈਂ ਕੈਨੇਡਾ ਆ ਰਿਹਾ ਹੈਗਾ, ਡਿਫਰੈਂਟ ਡਿਫਰੈਂਟ ਪ੍ਰੋਵਿੰਸਿਸ ਦੇ ਵਿੱਚ, ਵੀ ਵਿਲ ਅਪਡੇਟ ਯੂ ਐਂਡ ਯੂ ਕੈਨ ਮੀਟ ਮੀ ਇਨ ਕੈਨੇਡਾ ਐਜ਼ ਵੈਲ। ਥੈਂਕ ਯੂ।